रोड ब्लॉक किया ਇਹਦਾ ਮਕਸਦ ਇਹ ਕਿ ਪੁਲਿਸ ਜਿਹੜੀ ਹੈ ਨਾ ਉਹਨਾਂ ਨੂੰ ਰਿਸ਼ਵਤ ਅਗਰ ਦਿਓ ਤੇ ਫਿਰ ਸਾਡੇ ਬੰਦਿਆਂ ਦੇ ਪਰਚੇ ਨਹੀਂ ਹੋਣਗੇ ਅਗਰ ਰਿਸ਼ਵਤ ਨਹੀਂ ਦਿਓਗੇ ਤੇ ਫਿਰ ਸਾਡੇ ਬੰਦਿਆਂ ਦੇ ਪਰਚੇ ਹੋਣਗੇ ਉਹਦਾ ਸਬੂਤ ਇਹ ਬੱਚਾ ਜਿਹੜਾ ਨਾ ਇਹ ਪੁਲਿਸ ਨੇ 2 ਦਿਨ ਪਹਿਲੇ ਫੜਿਆ 2 ਦਿਨ ਪਹਿਲੇ ਬੰਦਾ ਫੜ ਕੇ ਉਸ ਤੇ ਅੱਜ ਜਿਹੜਾ ਨਾ ਦੂਏ ਤੇ ਨੌਨ ਸੀ ਦਾ ਪਰਚਾ ਦੇ ਕੇ ਇਹ ਉਹਦੇ ਨਾਲ ਫੜਿਆ ਹੈ ਇਹ ਸਿਰਫ ਔਰ ਸਿਰਫ ਇਸ ਪ੍ਰੈਸ਼ਰ ਦੀ ਵਜ੍ਹਾ ਤੋਂ ਇਹ ਮੁੰਡਾ ਰਿਲੀਜ਼ ਕਰ ਦਿੱਤਾ ਅਦਰਵਾਈਜ਼ ਜਿਹੜਾ ਬੰਦੇ ਦੋਵੇਂ ਇਕੱਠੇ ਫਜੀਤੇ ਨੇ ਇਹਦੇ ਚਾਚਾ ਬਤਰੀਆ ਪਾਣੀ ਲਾਈ ਜਾਂਦੇ ਆ ਇਹਨਾਂ ਦਾ ਕੀ ਕਸੂਰ ਹੈ ਉਸ ਤੋਂ ਇਲਾਵਾ ਜਿਹੜੀਆਂ ਸਾਡੇ ਪਿੰਡ ਦੀਆਂ ਲੜਾਈਆਂ ਝਗੜੇ ਮਾਮਲਾਤ ਹਨ ਕੋਈ ਅਗਰ ਜ਼ਿਆਦਤੀ ਕਰਦਾ ਤਾਂ ਉਹਦਾ ਪਰਚਾ ਕੋਈ ਨਹੀਂ ਲੇਕਿਨ ਜਿਹਦੀ ਅਪਰੋਚ ਹੈ ਉਹ ਪਰਚਾ ਕਰਾਵੇ ਉਹਦੀ 100 ਬਿਸਮਿਲ੍ਲਾ ਇਹ ਕਹੀ ਗਾਂ ਤਰਕ ਸਾਹਿਬ ਨੇ ਕਹਾ ਹੈ ਕਿ ਐਸਐਚਓ ਨੇ ਪੈਸੋ ਡਿਮਾਂਡ ਕੀ ਹੈ ਐਸਐਚਓ ਸੇ ਜਬ ਪਹਿਲੇ ਪੈਸੋ ਦੀ ਡਿਮਾਂਡ ਕੀ ਲੇਕਿਨ ਜਬ ਹਾਈਲੀ ਅਪਰੋਚ ਕੀਤਾ ਗਿਆ ਨਾ ਐਸਐਚਓ ਕੋ ਅਪਰੋਚ ਕੇ ਬਾਅਦ ਐਸਐਚਓ ਨੇ ਕਹਾ ਕਿ ਜੀ ਇਹ ਕੰਮ ਲੈਣੇ ਦਾ ਕੋਈ ਤਰੀਕਾ ਕਰ ਨਹੀਂ ਹੈ ऐसे कोई तरीका कर रहे हैं हमें अलहदा से मिले आप उधर हमसे पैसों की डिमांड कर रहे हैं और ऊपर से आप लोग अप्रोच भी कर रहे हैं और जब उन्होंने पैसे मांगे है ना हमने कहा हम पैसे देने को तैयार है लेकिन जुर्म बता दो एक बेजुर्म आदमी जो है 5 टाइम का नमाजी है जो इंसान का माजी है ना माजी की अल्लाह जो है ना अल्लाह कहता है कि माफी बेहतरीन अमल है जो माजी में हुआ है उन चीजों को भुलाते हुए ये झूठे पर्चे माजी में भी दिए जा रहे हैं क्योंकि हमारे गांव का कोई ऐसा शख्स नहीं है जो अपने हक के लिए आवाज उठा सकता है जुमरा पुलिस इस्लामाबाद सीपीओ साहब डीएसपी थाना निशातांबाद उन्होंने अगर रिक्वेस्ट करने कि चक जुमरे की जड़ी पुलिस है बिलखसूस आसर नदीम भट्ट एसएचओ और चौकी बरनाला शहीद अनवर बहुत करैक्ट और बहुत 2 नंबर ने यह पुलिस की वर्दी के अंदर काले भेड़िए ने यह साडे ना आवाम ना बिलखसूस खिचिया की आवाम ना इतना जुलम कर रहे ने आए दिन साडे घरां दे अंदर दाखिल हुंदे ने चादर चार दीवारी पमाल करदे ने बिला वजह ज्यादती करदे ने बेगुनाहों नूं उठाउंदे ने और उन्हां तों फिर पैसे की डिमांड करदे ने अगर पैसे नहीं दिते जांदे उन्हां ते झूठे मुकदमे दर्ज करदे ने असीं हुकामे बाला दे अगे गुजारिश करने आ कि खुदारा साडी हिफाजत करना थोड़ी जिम्मेदारी है अगर तुसी साडे वास्ते नुकसानदेह बनोगे साडी जिम्मेदारी अदा नहीं करोगे साडी हिफाजत नहीं करोगे फिर असीं केड़े दरवाजे ते जावांगे ਉਹ ਮੈਂ ਖੁਦ ਤੁਹਾਡੇ ਸਾਹਮਣੇ ਜਿਹੜਾ ਖੜਾ ਇਸ ਖਿੱਚੀ ਅੱਡੇ ਦੀ ਹੈ ਜਿੱਥੇ ਅੱਜ ਅਸੀਂ ਹੜਤਾਲ ਇਤਜਾਜ ਕਰ ਰਹੇ ਹਾਂ ਇੱਥੇ ਤਕਰੀਬਨ 2 ਮਹੀਨੇ ਪਹਿਲੇ ਬਰਨਾਲੇ ਦੇ ਬਾਜਵੇ ਨੇ ਉਹਨਾਂ ਨਾਲ ਸਾਡੀ ਲੜਾਈ ਹੋਈ ਹੈ ਉਹਨਾਂ ਇੱਥੇ ਕਲੈਸ਼ਨਾਂ ਚਲਾਈਆਂ ਨੇ ਸਾਰਾ ਖਿੱਚੀ ਅੱਡਾ ਗਵਾਹ ਹੈ ਔਰ ਉਹਨਾਂ ਬੜੀ ਜ਼ਿਆਦਤੀ ਕੀਤੀ ਹੈ ਉਲਟਾ ਜਿਹੜਾ ਚੌਕੀ ਬਰਨਾਲਾ ਸੀ ਸਾਬਕਾ ਉਸਦਾ ਨਾਮ ਇਜਾਜ਼ ਬੋਲਾ ਸੀ ਉਹਨੇ ਉਸ ਬਾਜਵੇ ਨਾਲ ਮਿਲ ਕੇ 50,000 ਰੁਪਇਆ ਰਿਸ਼ਵਤ ਲੈ ਕੇ ਝੂਠਾ ਮੈਡੀਕਲ ਬਣਵਾ ਕੇ ਸਾਡੇ ਤੇ ਝੂਠੀ ਐਫਆਈਆਰ ਦਰਜ ਕਰਵਾਈ 324 ਦੀ ਔਰ ਫਿਰ ਅਸੀਂ ਸਾਰੇ ਆਪਣੇ ਪ੍ਰੂਫ ਦਿੱਤੇ ਸ਼ਹੀਦ ਅਨਵਰ ਨੂੰ ਹਰ ਬਾਤ ਦੱਸੀ ਕਿ ਸਾਡੇ ਤੇ ਬਿਲਕੁਲ ਜਿਹੜਾ ਹੈ ਇਹ 324 ਦਾ ਮੁਕਦਮਾ ਹੈ ਝੂਠਾ ਦਰਜ ਕੀਤਾ ਗਿਆ ਹੈ।